ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦਾ ਵੇਲਾ ਹੋ ਗਿਆ, ਹਰ ਰੋਜ਼ ਤਰ੍ਹਾਂ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਾਂਗਰਸੀਆਂ ਦੀ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ। ਕਾਂਗਰਸੀਆਂ ਨੇ ਤਾਂ ਦੋ ਟੁੱਕ ਜਵਾਬ ਦੇ ਦਿੱਤਾ, ਉਹ ਕਹਿੰਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਹੋਊਗਾ। ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ ਕਿ ਗੱਠਜੋੜ ਹੋਊਗਾ ਹੀ ਨਹੀਂ, ਅਸੀਂ ਕਰਨਾ ਹੀ ਨਹੀਂ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੋ ਟੁੱਕ ਉੱਤਰ ਦਿੱਤਾ ਤੇ ਉਸ ਤੋਂ ਬਾਅਦ ਇਹ ਗੱਲ ਕਲੀਅਰ ਹੋ ਜਾਂਦੀ ਆ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਕਰੂਰਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਆ। ਅਸਲ ਦੇ ਵਿੱਚ ਗੱਲ ਇਹ ਜੀ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਹੈਦਰਾਬਾਦ ਦੇ ਵਿੱਚ ਦੋ ਦਿਨ ਦੇ ਲਈ, 16 ਤੇ 17 ਤਰੀਕ ਨੂੰ। ਇਹਦੇ ਵਿੱਚ ਵੱਖ ਵੱਖ ਵਿਚਾਰਾਂ ਕੀਤੀਆਂ ਗਈਆਂ। ਗੱਠਜੋੜ ਜਿਹੜਾ ਇੰਡੀਆ ਗੱਠਜੋੜ ਆ ਉਹਦੇ ਮੁਤਲਕ ਮਹੱਤਵਪੂਰਨ ਵਿਚਾਰਾਂ ਹੋਈਆਂ। ਇਹਦੇ ਵਿੱਚ ਪੰਜਾਬ ਦੇ ਤੇ ਦਿੱਲੀ ਦੇ ਕਾਂਗਰਸੀ ਆਗੂਆਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਜ਼ਰੂਰਤ ਇਸ ਵਕਤ ਇਸ ਗੱਲ ਦੀ ਆ ਕਿ ਆਪਾਂ ਗੱਠਜੋੜ ਨਾ ਕਰੀਏ ਪੰਜਾਬ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ। ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਸਾਡੀ ਬਦਖੋਹੀ ਬਹੁਤ ਕੀਤੀ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਇਹਨਾਂ ਨੇ ਤੁਹਾਨੂੰ ਬਦਨਾਮ ਕੀਤਾ, ਸਾਡਾ ਨੁਕਸਾਨ ਬੜਾ ਕਰਤਾ। ਉਹ ਕਹਿੰਦੇ ਵੀ ਅਸੀਂ ਇਸ ਤਰੀਕੇ ਦਾ ਗੱਠਜੋੜ ਬਿਲਕੁਲ ਨਹੀਂ ਚਾਹੁੰਦੇ, ਅਸੀਂ ਇਕੱਲੇ ਇਕੱਲੇ ਚੋਣ ਲੜ ਲਾਂਗੇ, ਇਹਨਾਂ ਦੇ ਨਾਲ ਕੋਈ ਰਾਬਤਾ ਨਾ ਰੱਖੀਏ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਦੇਖੋ ਜਿੱਥੇ ਜਿੱਥੇ ਹੁਣ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਦਸੰਬਰ ਤੱਕ, ਉਹਦੇ ਵਿੱਚ ਛੱਤੀਸਗੜ੍ਹ ਵੀ ਆ, ਮੱਧ ਪ੍ਰਦੇਸ਼ ਵੀ ਆ, ਮਿਜ਼ੋਰਮ ਵੀ ਆ, ਰਾਜਸਥਾਨ ਵੀ ਆ, ਹੋਰ ਵੀ ਥਾਵਾਂ। ਉਹ ਕਹਿੰਦੇ ਵੀ ਉਹਨਾਂ ਥਾਵਾਂ ਤੇ ਜਿੱਥੇ ਕਾਂਗਰਸ ਪਾਰਟੀ ਪੂਰੀ ਟੱਕਰ ਦੇ ਰਹੀ ਹੈ ਬੀਜੇਪੀ ਨੂੰ, ਉੱਥੇ ਆਮ ਆਦਮੀ ਪਾਰਟੀ ਸਾਡੇ ਖਿਲਾਫ਼ ਪ੍ਰਚਾਰ ਕਰ ਰਹੀ ਹੈ, ਆਪਦੇ ਬੰਦੇ ਖੜੇ ਕਰ ਰਹੀ ਹੈ। ਜਦੋਂ ਇਹਨਾਂ ਨੂੰ ਪਤਾ ਜੀ ਕਿ ਅਸੀਂ ਜਿੱਤਣ ਦੀ ਸਥਿਤੀ ਵਿੱਚ ਉਹਨਾਂ ਥਾਵਾਂ ਦੇ ਉੱਤੇ, ਤੇ ਫਿਰ ਭਾਈ ਇਹ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਆਪਦੇ ਬੰਦੇ ਕਿਹੜੀ ਗੱਲੋਂ ਖੜੇ ਕਰਦੇ, ਸਾਡੇ ਖਿਲਾਫ਼ ਪ੍ਰਚਾਰ ਕਿਉਂ ਕਰਦੇ ਆ। ਉਹਨਾਂ ਨੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਮੂੰਹ ਸਿਰ ਨਹੀਂ ਹੈਗਾ, ਇਸ ਕਰਕੇ ਭਾਈ ਇਹਨਾਂ ਤੋਂ ਜਿੰਨਾ ਬਚਿਆ ਜਾ ਸਕੇ ਉਹਨਾਂ ਦੂਰ ਹੀ ਰਹਿਣਾ ਚਾਹੀਦਾ। ਫਿਰ ਅਲਕਾ ਲਾਂਬਾ ਨੇ ਤੇ ਉਧਰ ਅਜੇ ਮਾਕਨ ਨੇ ਜਿਹੜੇ ਦਿੱਲੀ ਦੇ ਨੇਤਾ, ਉਹਨਾਂ ਨੇ ਦੋ ਟੋਕੇ ਗੱਲ ਕਹਿਤੀ ਹੈ ਵੀ ਭਾਈ ਇਹਨਾਂ ਦੇ ਕੋਲੋਂ ਤਾਂ ਕਿਨਾਰਾ ਕਸੀ ਕਰਨੀ ਠੀਕ ਆ। ਇੱਧਰ ਪੰਜਾਬ ਦੇ ਵਿੱਚੋਂ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਭਾਈ ਇਹਨਾਂ ਦੇ ਨਾਲ ਕੋਈ ਰਾਬਤਾ ਨਾ ਰੱਖਿਆ ਜਾਵੇ, ਅਸੀਂ ਦੋਵੇਂ ਸੂਬਿਆਂ ਦੇ ਵਿੱਚ ਆਪਣੇ ਤਰੀਕੇ ਨਾਲ ਚੋਣਾਂ ਲੜਾਂਗੇ, ਇਹਨਾਂ ਦੇ ਨਾਲ ਕੋਈ ਹਿੱਸੇਦਾਰੀ ਨਹੀਂ ਪੈਣੀ ਚਾਹੀਦੀ। ਹੁਣ ਬਹੁਤੇ ਕਾਂਗਰਸੀ ਨੇਤਾਵਾਂ ਨੇ ਇਸ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਵੀ 5 ਸੂਬਿਆਂ ਦੇ ਵਿੱਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਦੀ ਆਸ ਹੈਗੀ ਆ। ਜਿੰਨੀ ਦੇਰ ਤੱਕ 5 ਸੂਬਿਆਂ ਦੀਆਂ ਚੋਣਾਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਸੀਟ ਸ਼ੇਅਰਿੰਗ ਦੇ ਮਾਮਲੇ ਤੇ ਕੋਈ ਚਰਚਾ ਨਾ ਕੀਤੀ ਜਾਵੇ ਇੰਡੀਆ ਗੱਠਜੋੜ ਦੇ ਵਿੱਚ। ਉਹ ਕਹਿੰਦੇ ਵੀ ਜਦੋਂ ਸੀਟ ਸ਼ੇਅਰਿੰਗ ਦੀ ਆਪਾਂ ਹੁਣ ਗੱਲ ਕਰਾਂਗੇ ਗੱਲ ਹੋਰ ਆ, ਜਦੋਂ ਆਪਾਂ ਚੰਗਾ ਪ੍ਰਦਰਸ਼ਨ ਕਰ ਲਿਆ ਉਦੋਂ ਸੀਟ ਸ਼ੇਅਰਿੰਗ ਦੀ ਗੱਲ ਹੋਰ ਆ, ਉਦੋਂ ਵੱਧ ਸੀਟਾਂ ਮਿਲ ਲਈਆਂ। ਸੋ ਪੰਜਾਬ ਦੇ ਕਾਂਗਰਸੀ ਆ ਜਿਹੜੇ ਉਹ ਕਲਪੇ ਪਏ ਆ, ਦਿੱਲੀ ਦੇ ਕਾਂਗਰਸੀ ਉਹ ਕਲਪੇ ਪਏ ਆ। ਉਹ ਕਹਿੰਦੇ ਵੀ ਨਹੀਂ ਇਹ ਇੰਨੇ ਯੋਗੇ ਨਹੀਂ ਜਿੰਨੇ ਕਿ ਆਪਾਂ ਸੋਚੀ ਬੈਠੇ ਹਾਂ, ਇਹਨਾਂ ਨੂੰ ਤਾਂ ਭਾਨਾ ਚਾਹੀਦਾ ਵੀ ਭਾਈ ਉਹਦੇ ਗਲ ਪੈ ਗਏ, ਇਹਦੀਆਂ ਜੜਾਂ 'ਚ ਬਹਿ ਗਏ, ਉਹਦੀਆਂ ਜੜਾਂ 'ਚ ਬਹਿ ਗਏ, ਇਹਨਾਂ ਤੋਂ ਜਿੰਨਾ ਕਿਨਾਰਾ ਕਰਕੇ ਚੱਲਾਂਗੇ ਉਨਾ ਠੀਕ ਆ। ਸੋ ਇਹ ਕਾਂਗਰਸ ਵਰਕਿੰਗ ਕਮੇਟੀ ਸੋਚੂਗੀ ਵੀ ਭਾਈ ਆਉਂਦੇ ਸਮੇਂ 'ਚ ਕੀ ਬਣਦਾ। ਵੈਸੇ ਆਮ ਆਦਮੀ ਪਾਰਟੀ 2 ਸੂਬਿਆਂ ਦੇ ਵਿੱਚ ਆ, ਉਹ ਦਿੱਲੀ ਤੇ ਪੰਜਾਬ, ਤੇ ਦੋਵਾਂ ਸੂਬਿਆਂ ਦੇ ਵਿੱਚ ਹੀ ਕਾਂਗਰਸੀ ਗੱਠਜੋੜ ਨਹੀਂ ਕਰਨਾ ਚਾਹੁੰਦੇ, ਤੇ ਤੀਜੇ ਸੂਬੇ ਦੇ ਵਿੱਚ ਤਾਂ ਕਿਸੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਜਲਵਾ ਵੀ ਹੈ ਨਹੀਂ ਗਾ। ਸੋ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਜੀ ਕਿ ਇਸ ਤਾਂ ਬੀਜੇਪੀ ਨੂੰ ਟੱਕਰ ਦੇਣ ਦੇ ਲਈ ਤੇ ਇਹ ਸਾਰਾ ਗੱਠਜੋੜ ਦੇ ਵਿੱਚ ਹਿੱਸੇਦਾਰ ਹੋਏ ਆ, ਤੇ ਬੀਜੇਪੀ ਨੂੰ ਜਿਤਾਉਣ ਦਾ ਕਿਤੇ ਕੋਈ ਮਨਸ਼ਾ ਨਾ ਹੋਵੇ ਤੇ ਕਾਂਗਰਸ ਇਸ ਗੱਲ ਦਾ ਖਦਸ਼ਾ ਜ਼ਾਹਰ ਕਰ ਰਹੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ। ਸੋ ਮਾਮਲਾ ਬੜਾ ਪੇਚੀਦਾ ਜਾ, ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਇਹ ਸਮਾਂ ਬਿਆਨ ਕਰੂਗਾ, ਪਰ ਮੈਨੂੰ ਲੱਗਦਾ ਵੀ ਇਹ ਬਹੁਤ ਜਲਦ ਇਸ ਮਾਮਲੇ ਦੇ ਉੱਤੇ ਕੁਝ ਕਿਰਾਂ ਦੇ ਵਿੱਚ ਹੀ ਕੋਈ 1-2 ਮੀਟਿੰਗਾਂ ਫੇਰ ਹੋਣਗੀਆਂ ਤੇ ਉਸ ਤੋਂ ਬਾਅਦ ਕੋਈ ਭੇਤ ਖੁੱਲੂਗਾ ਜੀ। ਜੀ ਬਿਲਕੁਲ ਸਹੀ ਤੁਸੀਂ ਕਿਹਾ ਟੈਲਰ ਸਾਹਿਬ, ਪਰ ਜਿਉਂ ਜਿਉਂ 2024 ਵਰ੍ਹਾ ਨੇੜੇ ਆ ਰਿਹਾ ਤਿਉਂ ਤਿਉਂ ਸਿਆਸਤ ਬਹੁਤ ਸਾਰੇ ਰੰਗ ਵਟਾ ਰਹੀ ਹੈ, ਬਹੁਤ ਕੁਝ ਵੇਖਣ ਨੂੰ ਮਿਲ ਰਿਹਾ ਔਰ ਹਲੇ ਲੱਗਦਾ ਹੋਰ ਬਹੁਤ ਕੁਝ ਹੋਣਾ। ਉੱਧਰ ਪੰਜਾਬ ਬੀਜੇਪੀ ਦੇ ਵਿੱਚ ਵੀ ਕਹਿੰਦੇ ਬਗਾਵਤ ਉੱਠ ਖੜੀ ਹੈ। ਹਾਂ ਬਿਲਕੁਲ ਜੀ ਬਿਲਕੁਲ, ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਗਾ ਤੇ ਉਹ ਵੀ ਕਮਾਲ ਦੀ ਗੱਲ ਆ। ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਆਗੂ ਆ ਤੇ ਉਹਨਾਂ ਨੇ ਇਹ ਗੱਲ ਕਹਿਤੀ, 2 ਟੁੱਕ ਟਕਸਾਲੀ ਆਗੂਆਂ ਨੇ, ਉਹ ਕਹਿੰਦੇ ਵੀ ਦੇਖੋ ਨਵਿਆਂ ਦੇ ਤੁਸੀਂ ਮਗਰ ਲੱਗੇ ਹੋਏ ਆ ਤੇ ਸਾਡਾ ਕਸੂਰ ਕੀ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਤਰੀਕੇ ਦੇ ਨਾਲ ਗੱਲ ਨਹੀਂ ਚੱਲਣੀ ਜਿਸ ਤਰੀਕੇ ਦੇ ਨਾਲ ਤੁਸੀਂ ਗੱਲਾਂ ਕਰ ਰਹੇ ਆ, ਤੇ ਉਹ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਵੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ। ਉਹ ਕਹਿੰਦੇ ਵੀ ਦੇਖੋ ਜਦੋਂ ਤਾਂ ਲੀੜੇ ਪੜਵਾਉਣੇ ਹੁੰਦੇ ਸੀ ਕਿਸਾਨ ਅੰਦੋਲਨ ਦੇ ਵਿੱਚ, ਉਦੋਂ ਭਾਈ ਅਸੀਂ ਅੱਗੇ ਸੀ, ਜਦੋਂ ਪਿੰਡਾਂ ਦੇ ਵਿੱਚ ਵੜਨਾ ਔਖਾ ਸੀ ਤੇ ਅਸੀਂ ਤਾਂ ਵੀ ਵਿੱਚ ਵੜ ਕੇ ਆਉਂਦੇ ਸੀਗੇ, ਪਿੰਡਾਂ ਦੇ ਵਿੱਚ ਜਾਂਦੇ ਸੀਗੇ ਵੀ ਭਾਈ ਲੋਕਾਂ ਨੂੰ ਲਾਮਬੰਦ ਕਰਨਾ
ਤੇ ਜਦੋਂ ਹੁਣ ਅਹੁਦੇਦਾਰੀਆਂ ਦੀ ਵਾਰੀ ਆਈ ਤੇ ਉਸ ਵਕਤ ਬੀਜੇਪੀ ਦੇ ਜਿਹੜੇ ਆ ਉਹ ਪੁਰਾਣੇ ਆਗੂ ਪਰੇ ਕਰਕੇ ਤੇ ਜਿਹੜੇ ਨਵੇਂ ਆਏ ਕੋਈ ਕਾਂਗਰਸ ਚੋਂ ਆਇਆ ਹੋ ਕਿਤੋਂ ਆਇਆ ਕਿਤੋਂ ਆਇਆ ਤੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ। ਅਸਲ ਦੇ ਵਿੱਚ ਪੰਜਾਬ ਬੀਜੇਪੀ ਦੀ ਕਾਰਜਕਾਰਨੀ ਦੀ ਚੋਣ ਹੋਈ ਆ, ਉਹਦੇ ਵਿੱਚ ਬਹੁਤੇ ਨੇਤਾ ਉਹ ਆ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਆਏ ਆ। ਉਹ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਆ, ਉਹਨਾਂ ਦੇ ਪੁਰਾਣੇ ਆੜੀ ਆ ਜਿਹੜੇ ਉਹ ਵੱਖ ਵੱਖ ਅਹੁਦਿਆਂ ਦੇ ਉੱਤੇ ਤੈਨਾਤ ਕੀਤੇ ਗਏ ਆ। ਸੋ ਇਸ ਗੱਲ ਦੇ ਉੱਤੇ ਟਕਸਾਲੀ ਬੀਜੇਪੀ ਕਲਪੇ ਆ, ਉਹ ਕਹਿੰਦੇ ਵੀ ਯਾਰ ਜਿਹੜੇ ਤਾਂ ਆਏ ਆ ਸਾਲ ਸਾਲ ਪਹਿਲਾਂ, 6-6 ਮਹੀਨੇ ਪਹਿਲਾਂ, ਤੇ ਉਹ ਤਾਂ ਲੱਗਣ ਲੱਗ ਗਏ ਚੰਗੇ, ਤੇ ਅਸੀਂ ਹੈਗੇ ਲੰਮੇ ਸਮੇਂ ਤੋਂ ਅਸੀਂ ਲੱਗਦਾ ਤੁਹਾਨੂੰ ਭੈੜੇ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਇੱਕ ਮੀਟਿੰਗ ਕਰ ਰਹੇ ਹਾਂ, ਇਹ ਮੀਟਿੰਗ ਹੋਣੀ ਜੀ ਚੰਡੀਗੜ੍ਹ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਟਕਸਾਲੀਆਂ ਨੇ ਗੱਲ ਕਰਨੀ ਆ, ਉਹਨਾਂ ਨੇ ਆਪਦੀ ਲਾਮਬੰਦੀ ਪ੍ਰਗਟਾਉਣੀ ਆ, ਉਹਨਾਂ ਨੇ ਪਾਰਟੀ ਹਾਈਕਮਾਨ ਤੱਕ ਸੁਨੇਹਾ ਪਹੁੰਚਾਉਣਾ ਵੀ ਭਾਈ ਸਾਡਾ ਕਸੂਰ ਕੀ ਆ। ਉਹਨਾਂ ਨੂੰ ਇਸ ਗੱਲ ਦਾ ਡਰ ਆ ਵੀ ਅੱਜ ਤਾਂ ਚਲੋ ਤੁਸੀਂ ਆਹ ਗੱਲਾਂ ਕਰੀ ਜਾਂਦੇ ਆ ਤੇ ਕੱਲ ਨੂੰ ਚੱਕਰ ਹੋਰ ਪਊਗਾ। ਉਹ ਕਹਿੰਦੇ ਕੱਲ ਨੂੰ ਚੱਕਰ ਇਹ ਪੈ ਸਕਦਾ ਵੀ ਭਾਈ ਤੁਸੀਂ ਕਹੋਗੇ ਟਿਕਟਾਂ ਵੀ ਸੀ ਇਹਨਾਂ ਨੂੰ ਦੇਣੀਆਂ ਕਿਉਂਕਿ ਤੁਸੀਂ ਮਿਹਰਬਾਨੀ ਇੰਨੀ ਇਹਨਾਂ ਦੇ ਉੱਤੇ ਤੇ ਭਾਈ ਟਿਕਟਾਂ ਵੇਲੇ ਵੀ ਮਿਹਰਬਾਨੀ ਇੱਧਰ ਹੋ ਜਾਓਗੇ। ਸੋ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ ਵੀ ਪਟਾਕੇ ਪੈਣਗੇ। ਬੀਜੇਪੀ ਹੋਰ ਪਾਰਟੀਆਂ ਦੇ ਬੰਦੇ ਆਪਣੀ ਪਾਰਟੀ 'ਚ ਵੜੀ ਜਾਂਦੀ ਆ, ਉਹਨਾਂ ਨੂੰ ਐਡਜਸਟ ਕਿਤੇ ਨਾ ਕਿਤੇ ਕਰੀ ਜਾਂਦੀ ਆ, ਤੇ ਜਦੋਂ ਮੰਨ ਲਓ ਐਡਜਸਟ ਪੁਰਾਣੇ ਨਹੀਂ ਹੋਣਗੇ ਤੇ ਨਵੇਂ ਹੋਣਗੇ ਤੇ ਫਿਰ ਪੁਰਾਣਿਆਂ ਨੇ ਕਲਪਣਾ, ਫਿਰ ਟਿਕਟਾਂ ਵੀ ਜਿਹੜੀਆਂ ਉਹ ਨਵੇਂ ਨਾ ਕਿਤੇ ਲੈ ਜਾਣ। ਇਸ ਕਰਕੇ ਟਕਸਾਲੀ ਤੇ ਨਵੇਂ ਬੀਜੇਪੀ ਆਗੂ ਆ ਜਿਹੜੇ ਉਹਨਾਂ ਦੇ ਵਿੱਚ ਇਸ ਵੇਲੇ ਭੇਡ ਦੀ ਸੰਭਾਵਨਾ ਬਣੀ ਹੋਈ ਆ। ਸੋ ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਸਮੇਂ ਦੇ ਵਿੱਚ ਹੋਰ ਕੀ ਬਣਦਾ। ਪਰ ਬੀਜੇਪੀ ਦੇ ਬਾਰੇ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਭਾਈ ਜਿਹੜੇ ਹਾਰੇ ਹੋਏ ਨੇ ਤਾਂ ਤੁਸੀਂ ਪਟ ਪਟ ਕੇ ਲਈ ਤੁਰੀ ਆਉਂਦੇ, ਲਈ ਤੁਰੀ ਆਉਂਦੇ, ਲਈ ਤੁਰੀ ਆਉਂਦੇ ਆ। ਇਹ ਜੇਕਰ ਇਸ ਸਮਰੱਥ ਹੁੰਦੇ, ਇਹਨਾਂ ਦਾ ਕੋਈ ਬਹੁਤ ਵੱਡਾ ਆਧਾਰ ਹੁੰਦਾ ਲੋਕਾਂ ਦੇ ਵਿੱਚ, ਇਹ ਹਾਰਦੇ ਹੀ ਕਿਉਂ? ਇਹ ਹਾਰੇ ਤਾਂ ਕਿਉਂਕਿ ਲੋਕਾਂ ਨੇ ਨਕਾਰ ਦਿੱਤੇ, ਤੇ ਲੋਕਾਂ ਦੇ ਨਕਾਰੇ ਹੋਏ ਸਾਨੂੰ ਕਿਵੇਂ ਬੇੜਾ ਬੰਨੇ ਲਾਉਣਗੇ ਸਾਡਾ, ਉਹ ਇਹ ਸਵਾਲ ਕਰ ਰਹੇ ਆ। ਸੋ ਦੇਖਦੇ ਭਾਈ ਕੀ ਬਣਦਾ। ਜੀ ਬਿਲਕੁਲ, ਟਾਣਾ ਸਾਹਿਬ ਸਮਾਂ ਬਿਆਨ ਕਰੂਗਾ। ਖੈਰ ਉਧਰ ਵਿਜੀਲੈਂਸ ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ਜੀ। ਕਹਿੰਦੇ ਵਿਜੀਲੈਂਸ ਨੇ ਐਕਸ ਐਮਐਲਏ ਸਤਕਾਰ ਕੌਰ ਦੇ ਘਰ ਵਾਲੇ ਨੂੰ ਵੀ ਹਿਰਾਸਤ 'ਚ ਲੈ ਲਿਆ ਜੀ। ਕਿਉਂ? ਸਤਕਾਰ ਕੌਰ ਗਹਿਰੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ, ਤੇ ਉਹਨਾਂ ਨੇ ਜੀ ਇਹਨਾਂ ਨੂੰ ਵੀ ਲੈ ਲਿਆ, ਸਤਕਾਰ ਕੌਰ ਦੇ, ਸਤਕਾਰ ਕੌਰ ਗਹਿਰੀ ਨੂੰ ਵੀ ਤੇ ਉਹਨਾਂ ਦੇ ਘਰ ਵਾਲੇ ਨੂੰ ਵੀ, ਦੋਵਾਂ ਨੂੰ ਪਤਾ ਲੱਗਾ ਜੀ ਕਿ ਵਿਜੀਲੈਂਸ ਨੇ ਲੈ ਲਿਆ ਜੀ ਆਪਣੇ ਪੰਜੇ ਦੇ ਵਿੱਚ। ਕਿਉਂਕਿ ਸਤਕਾਰ ਕੌਰ ਗਹਿਰੀ ਨੇ ਜਿਹੜੇ ਇਹ ਫਿਰੋਜ਼ਪੁਰ ਤੋਂ ਵਿਧਾਇਕ ਆ ਰਹੇ ਆ, ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਦੇ ਮੌਕੇ ਵਿਧਾਇਕ ਆ ਸੀਗੇ, ਤੇ ਫਿਰ ਜਦੋਂ 2022 ਦੇ ਵਿੱਚ ਤੇ ਇਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਇਹ ਬੀਜੇਪੀ ਦੇ ਵਿੱਚ ਆ ਗਏ, ਉੱਥੇ ਹਾਰ ਗਏ। ਲਓ ਜੀ ਹੁਣ ਇਹਨਾਂ ਦੇ ਉੱਤੇ ਪਿਛਲੇ ਕੁਛ ਕੁ ਸਮੇਂ ਤੋਂ ਵਿਜੀਲੈਂਸ ਦੀ ਨਜ਼ਰ ਆ, ਇਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਸ਼ ਇਹਨਾਂ ਦੇ ਉੱਤੇ ਵੀ ਇਹ ਜੀ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ। ਲਓ ਜੀ ਇਹਨਾਂ ਨੂੰ ਪਹਿਲਾਂ ਪੁੱਛਗਿੱਛ ਲਈ ਬੁਲਾਉਂਦੇ ਸੀ ਤੇ ਹੁਣ ਇਹਨਾਂ ਨੂੰ ਕੱਲ੍ਹ ਹਿਰਾਸਤ ਦੇ ਵਿੱਚ ਲੈ ਲਿਆ। ਇਹਨਾਂ ਦੇ ਪਤੀ ਦਾ ਨਾਂ ਹੈਗਾ ਜੀ ਜਸਮੇਲ ਸਿੰਘ ਲਾਡੀ ਗਹਿਰੀ ਤੇ ਸਤਕਾਰ ਕੌਰ ਗਹਿਰੀ, ਦੋਵਾਂ ਨੂੰ ਮੀਆਂ ਬੀਬੀ ਨੂੰ ਹਿਰਾਸਤ ਦੇ ਵਿੱਚ ਲਿਆ। ਇਹਨਾਂ ਦੇ ਕੋਲੋਂ ਹੁਣ ਕੀ ਪੁੱਛਗਿੱਛ ਦੇ ਵਿੱਚ ਨਿਕਲ ਕੇ ਆਉਂਦਾ, ਕੀ ਇਹ ਜਾਣਕਾਰੀਆਂ ਦੇਣਗੇ, ਕੀ ਇਹਨਾਂ ਦੇ ਕਸੂਰ ਹੈਗੇ ਆ, ਇਹ ਸਮੇਂ ਨੇ ਦੱਸਣਾ। ਪਰ ਕਾਂਗਰਸ ਦੇ ਆਗੂ ਜਿਹੜੇ ਕਿ ਬੀਜੇਪੀ ਦੇ ਵਿੱਚ ਚਲੇ ਗਏ ਜਾਂ ਕਾਂਗਰਸ ਦੇ ਆਗੂ ਜਿਹੜੇ ਕਾਂਗਰਸ ਦੇ ਵਿੱਚ ਹੀ ਨੇ, ਤੇ ਉਹਨਾਂ ਸਾਰਿਆਂ ਦੀ ਵਿਜੀਲੈਂਸ ਪੁੱਛ ਪੜਤਾਲ ਕਰ ਰਹੀ ਆ। ਤੇ ਕਾਂਗਰਸੀ ਵੈਸੇ ਵੀ ਇਸੇ ਗੱਲੋਂ ਕਲਪੇ ਆ, ਉਹ ਕਹਿੰਦੇ ਵਿਜੀਲੈਂਸ ਡਿਪਾਰਟਮੈਂਟ ਹੈਗਾ ਜੀ ਭਗਵੰਤ ਮਾਨ ਦੇ ਕੋਲੇ, ਭਗਵੰਤ ਮਾਨ ਨੇਤੇ ਗੱਲ ਕਹਿੰਦੇ ਜੀ ਅਸੀਂ ਛੱਡਣੇ ਨੀ ਭ੍ਰਿਸ਼ਟਾਚਾਰੀ, ਤੇ ਜਿਹੜੇ ਭ੍ਰਿਸ਼ਟਾਚਾਰੀ ਕਹਿੰਦੇ ਵੀ ਛੱਡਣੇ ਨੀ ਤੇ ਉਹਨਾਂ ਦੇ ਨਾਲ ਹੀ ਗੱਠਜੋੜ ਦੀ ਗੱਲ ਕਰਦੇ ਆ, ਤੇ ਫਿਰ ਇਹ ਗੱਲ ਉਹ ਕਹਿੰਦੇ ਜੀ ਸੰਭਵ ਕਿਵੇਂ ਹੈਗੀ ਆ। ਜੀ ਬਿਲਕੁਲ। ਸੋ ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਜੀ ਆਪਾਂ ਹੁਣ ਲਾਰੈਂਸ ਬਿਸ਼ਨੋਈ ਦੀ। ਜਿਹੜੀ ਵੀਡੀਓ ਦਾ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਇਸ ਵੇਲੇ, ਔਰ ਕਹਿੰਦੇ ਜੇਲ੍ਹ ਵਿਭਾਗ ਦੇ ਜਿਹੜੇ IG ਆ ਉਹ ਕਹਿੰਦੇ ਕਿ ਇਹ ਜਿਹੜੀ ਵੀਡੀਓ ਹੈ ਲਾਰੈਂਸ ਵਾਲੀ ਇਹ ਪੰਜਾਬ ਦੀ ਜੇਲ੍ਹ ਦੀ ਹੈ ਹੀ ਨਹੀਂ। ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ, ਵੀਡੀਓ ਨੇ ਤਾਂ ਬੋਲ ਕੇ ਇਹ ਗੱਲ ਦੱਸਣੀ ਨਹੀਂ ਕਿ ਮੈਂ ਕਿੱਥੋਂ ਦੀ ਹਾਂ, ਪਰ ਹੈਰਾਨੀ ਹੁੰਦੀ ਹੈ ਵੀ ਕਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਤੇ ਕੀ ਇਸ ਵੇਲੇ ਗੱਲਾਂ ਪੇਸ਼ ਕੀਤੀਆਂ ਜਾ ਰਹੀਆਂ। ਜਦੋਂ ਹੁਣ ਜੇਲ੍ਹ ਦੇ ਵਿੱਚੋਂ ਵੀਡੀਓ ਸਾਹਮਣੇ ਆ ਗਈ, ਉਹ ਵੈਸੇ ਤਾਂ ਭਾਵੇਂ ਭਾਰਤ ਦੀ ਕਿਸੇ ਵੀ ਜੇਲ੍ਹ ਦੀ ਹੋਵੇ ਹੈ ਤਾਂ ਦੁੱਖ ਦੀ ਗੱਲ ਹੀ, ਇਹ ਤਾਂ ਹੈ ਨਹੀਂ ਵੀ ਜੇ ਪੰਜਾਬ ਦੀ ਜੇਲ੍ਹ 'ਚੋਂ ਬਣੀ ਆ ਫਿਰ ਤਾਂ ਬਹੁਤ ਮਾੜੀ ਗੱਲ ਆ, ਤੇ ਜੇ ਭਾਈ ਦਿੱਲੀ ਦੀ ਜੇਲ੍ਹ ਦੇ ਵਿੱਚੋਂ ਬਣੀ ਆ ਜਾਂ ਕਿਤੇ ਗੁਜਰਾਤ ਦੀ ਜੇਲ੍ਹ 'ਚੋਂ ਜੈਪੁਰ ਦੀ ਜੇਲ੍ਹ 'ਚੋਂ ਬਣੀ ਤਾਂ ਫਿਰ ਚਲੋ ਕੋਈ ਗੱਲ ਨਹੀਂ, ਇਹ ਤਾਂ ਸੰਭਵ ਨਹੀਂ ਹੈਗਾ। ਪਰ ਉਹਦਾ ਦੁੱਖ ਦੀ ਗੱਲ ਆ, ਹੈਰਾਨੀ ਦੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਕੀ ਕੁਛ ਚੱਲੀ ਜਾਂਦਾ। ਪਰ ਹੁਣ ਪਤਾ ਲੱਗਾ ਜੀ ਕਿ ਜਿਹੜੇ IG ਜੇਲ੍ਹਾਂ ਨੇ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਇਹ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਰਿਕਾਰਡਿੰਗ ਹੋਈ ਆ ਪਿਛਲੇ ਦਿਨੀ ਤੇ ਜਿਹੜੀ ਵਾਇਰਲ ਹੋਈ ਆ, ਉਹ ਕਹਿੰਦੇ ਜੀ ਇਹ ਪੰਜਾਬ ਦੀ ਜੇਲ੍ਹ ਦੀ ਨਹੀਂ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦ ਆ, ਤੇ ਜਿਹੜਾ ਉਹਦੇ ਨਾਲ ਬੈਠਾ ਉਹਦਾ ਨਾਂ ਹੈਗਾ ਜੀ ਸੋਨੂ ਬਸੌਦੀ, ਉਹ ਵੀ ਗੈਂਗਸਟਰ ਆ ਜਿਹੜਾ ਲਾਰੈਂਸ ਵਾਲੇ ਪਾਸੇ ਬੈਠਾ।
ਜਿਹਦੇ ਨਾਲ ਸਾਹਮਣੇ ਉਹ ਗੱਲ ਕੀਤੀ ਜਾ ਰਹੀ ਹੈ ਉਹ ਮੋਨੂ ਮਾਨੇਸਰ ਆ। ਮੋਨੂ ਮਾਨੇਸਰ ਆ ਜਿਹੜਾ ਨੂਹ ਖੇਤਰ ਦੇ ਦੰਗਿਆਂ ਦਾ ਕਸੂਰਵਾਰ ਆ, ਉਹਨੂੰ ਰਾਜਸਥਾਨ ਦੀ ਪੁਲਿਸ ਨੇ ਪਿਛਲੇ ਦਿਨੀ ਗ੍ਰਿਫਤਾਰ ਕੀਤਾ। ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਜੇਲ੍ਹਾਂ ਦੇ ਆਈਜੀ ਨੇ ਪੰਜਾਬ ਦਿਆਂ ਨੇ ਕਿ ਭਾਈ ਇਸ ਵੀਡੀਓ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਗਾ, ਇਹ ਪੰਜਾਬ ਦੀ ਤਾਂ ਬਿਲਕੁਲ ਵੀ ਨਹੀਂ ਆ। ਹੁਣ ਸਵਾਲ ਇੱਕ ਹੋਰ ਪੈਦਾ ਹੁੰਦਾ ਵੀ ਚਲੋ ਇੱਕ ਮਿੰਟ ਲਈ ਮੰਨ ਲਿਆ ਵੀ ਇਹ ਪੰਜਾਬ ਦੀ ਨਹੀਂ, ਜਿਹੜੀਆਂ ਦੋ ਇੰਟਰਵਿਊਜ਼ ਹੋਈਆਂ ਸੀਗੀਆਂ ਜੇਲ੍ਹ ਦੇ ਵਿੱਚੋਂ ਹੀ ਆਨਲਾਈਨ, ਤੇ ਉਹ ਭਾਈ ਫਿਰ ਕਿਹੜੀ ਜੇਲ੍ਹ ਦੇ ਵਿੱਚੋਂ ਹੋਈਆਂ ਹਾਲੇ ਤੱਕ ਉਹਦਾ ਵੀ ਨਹੀਂ ਪਤਾ ਲੱਗਾ। ਪੰਜਾਬ ਦੀ ਪੁਲਿਸ ਹਾਲੇ ਤੱਕ ਇਹ ਗੱਲ ਕਹੀ ਜਾਂਦੀ ਜੀ ਕਿ ਉਹ ਇੰਟਰਵਿਊ ਵੀ ਸਾਡੀਆਂ ਨਹੀਂ, ਤੇ ਰਾਜਸਥਾਨ ਦੀ ਪੁਲਿਸ ਕਹਿੰਦੀ ਵੀ ਭਾਈ ਉਹ ਸਾਡੇ ਵਾਲੇ ਪਾਸੇ ਨਹੀਂ, ਤੇ ਇਹ ਪਖੰਡ ਕੀ ਚੱਲੀ ਜਾਂਦਾ ਦੇਸ਼ ਦੇ ਵਿੱਚ, ਇਹ ਪਖੰਡ ਤੋਂ ਵਰਤ ਕੇ ਤਾਂ ਹੋਰ ਕੁਝ ਹੈ ਹੀ ਨਹੀਂਗਾ ਵੀ ਭਾਈ ਇਹ ਕੀ ਬਣੀ ਜਾਂਦਾ ਕਿਵੇਂ ਨਹੀਂ ਬਣੀ ਜਾਂਦਾ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਗੈਂਗਸਟਰਾਂ ਨੂੰ ਤਾਂ ਟੌਰ ਟਪਾਈ ਆ। ਤੁਸੀਂ ਦੇਖੋ ਵੀ ਜੇਕਰ ਕਿਸੇ ਨੇ ਵੀਡੀਓ ਕਾਲ ਗੱਲ ਕਰਨੀ ਹੋਵੇ, ਮੰਨ ਲਓ ਆਪਾਂ ਦੋਨਾਂ ਨੇ ਕਰਨੀ ਹੋਵੇ, ਤੁਸੀਂ ਮੈਨੂੰ ਫੋਨ ਲਾਇਆ ਵੀਡੀਓ ਕਾਲ ਜਾਂ ਮੈਂ ਤੁਹਾਨੂੰ ਲਾਇਆ, ਇਹ ਹੋ ਗਈ ਸਾਡੀ ਆਪਸ ਦੀ ਗੱਲ। ਪਰ ਇੱਕ ਜਣਾ ਕੋਲ ਕੋਈ ਹੋਰ ਖੜ ਕੇ ਉਹ ਰਿਕਾਰਡ ਕਰ ਰਿਹਾ ਮੈਨੂੰ ਜਾਂ ਤੁਹਾਨੂੰ, ਮਤਲਬ ਉਸ ਬੈਰਕ ਦੇ ਵਿੱਚ ਦੋ ਫੋਨ ਆ ਨਾ, ਇੱਕ ਫੋਨ ਦੇ ਉੱਤੇ ਗੱਲ ਚੱਲ ਰਹੀ ਹੈ, ਇੱਕ ਰਿਕਾਰਡਿੰਗ ਕਰ ਰਿਹਾ ਜਿਹਨੇ ਕਿ ਰਿਕਾਰਡਿੰਗ ਬਾਅਦ ਦੇ ਵਿੱਚ ਵਾਇਰਲ ਵੀ ਕਰਨੀ ਹੈ। ਤੇ ਫਿਰ ਭਾਈ ਇੱਕ ਇੱਕ ਬੈਰਕ ਦੇ ਵਿੱਚ ਦੋ ਦੋ ਫੋਨ ਤਾਂ ਸਿੱਧਾ ਹੀ ਆ, ਤਿੰਨ ਤਿੰਨ ਚਾਰ ਚਾਰ ਬੰਦੇ ਤਾਂ ਪੂਰਾ ਇੰਜੋਏ ਕਰ ਰਹੇ, ਹੱਸ ਹੱਸ ਕੇ ਗੱਲਾਂ ਕਰ ਬਾਤਾਂ ਕਰ ਰਹੇ ਆ। ਇਸ ਹਾਲਾਤ ਦੇ ਵਿੱਚ ਭਾਵੇਂ ਉਹ ਪੰਜਾਬ ਦੀ ਜੇਲ੍ਹ ਆ ਤੇ ਭਾਵੇਂ ਭਾਰਤ ਦੇ ਕਿਸੇ ਹੋਰ ਸੂਬੇ ਦੀ ਜੇਲ੍ਹ ਆ, ਤੇ ਆਪਾਂ ਕਿਵੇਂ ਕਹਿ ਸਕਦੇ ਵੀ ਭਾਈ ਏਦਾਂ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਠੀਕ ਚੱਲਦਾ। ਸੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ, ਜੇਲ੍ਹਾਂ ਇੱਕ ਤਮਾਸ਼ਾ ਬਣ ਕੇ ਰਹਿ ਗਿਆ, ਜੇਲ੍ਹਾਂ ਇੱਕ ਖੇਡ ਬਣ ਕੇ ਰਹਿ ਗਈਆਂ। ਇਹਨਾਂ ਜੇਲ੍ਹਾਂ ਦੇ ਵਿੱਚ ਸਿਰਫ ਉਹ ਆ ਜਿਵੇਂ ਫਿਲਮਾਂ 'ਚ ਨਹੀਂ ਹੁੰਦਾ ਗਾ ਵੀ ਜਿਹੜੇ ਤਾਂ ਹੁੰਦੇ ਮਾਤੜ ਜੇ ਕੈਦੀ, ਉਹਨਾਂ ਦੇ ਕੋਲੋਂ ਤਾਂ ਮਾਲਸ਼ਾਂ ਹੀ ਕਰਵਾਈ ਜਾਂਦੇ ਆ, ਤੇ ਜਿਹੜੇ ਹੁੰਦੇ ਜਬਰ ਉਹ ਜੁਰਮਾਨੇ ਕੈਦੀ ਜਿਹੜੇ ਕਿ ਹੁੰਦੇ ਆ ਖੂੰਖਾਰ ਕੈਦੀ, ਉਹ ਆਪਣੀਆਂ ਮਾਲਸ਼ਾਂ ਕਰਵਾਉਂਦੇ ਆ, ਲੱਤਾਂ ਕਟਵਾਉਂਦੇ ਆ, ਹੋਰ ਕੰਮ ਕਾਜ ਕਰਵਾਉਂਦੇ ਆ। ਸੋ ਆਹ ਕੁਝ ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਤੇ ਬਾਕੀ ਦੇਸ਼ ਦੀਆਂ ਜੇਲ੍ਹਾਂ ਵਿੱਚ ਵੀ ਚੱਲ ਰਿਹਾ ਜੀ। ਜੀ, ਪਰ ਸਰ ਉਧਰ ਅਕਾਲੀ ਦਲ ਨੇ ਇਸ ਮੁੱਦੇ ਨੂੰ ਚੁੱਕਿਆ ਹੋਇਆ ਹੈ ਜੀ, ਲਾਰੈਂਸ ਦੀ ਵੀਡੀਓ ਦਾ ਮੁੱਦਾ ਕਾਫੀ ਜ਼ਿਆਦਾ ਉਹਨਾਂ ਨੇ ਵੀ ਭਖਾਇਆ ਹੋਇਆ। ਦੇਖੋ ਜੀ, ਉਹਨਾਂ ਨੇ ਤਾਂ ਗੱਲ ਕਹਿਣੀ ਆ, ਬਾਕੀ ਪਾਰਟੀਆਂ ਵੀ ਕਹਿਣਗੀਆਂ ਤੇ ਕਹਿਣੀ ਵੀ ਚਾਹੀਦੀ ਆ। ਉਹ ਕਹਿੰਦੇ ਜੀ ਕਿ ਸਾਨੂੰ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਕੋਲੋਂ ਅਮਨ ਕਾਨੂੰਨ ਦੀ ਸਥਿਤੀ ਕਾਬੂ ਨਹੀਂ ਆਉਂਦੀ, ਤੁਹਾਡੇ ਕੋਲੋਂ ਕੁਝ ਬਣਦਾ ਨਹੀਂ ਗਾ, ਤੁਸੀਂ ਕੁਝ ਨਹੀਂ ਕਰ ਸਕੇਗੇ, ਤੁਹਾਡੇ ਕੋਲੋਂ ਆਹ ਨਹੀਂ ਹੋਇਆ, ਤੁਹਾਡੇ ਕੋਲੋਂ ਉਹ ਨਹੀਂ ਹੋਇਆ। ਉਹ ਕਹਿੰਦੇ ਮੰਨ ਗਏ ਵੀ ਸਾਡੇ ਕੋਲੋਂ ਕੁਝ ਨਹੀਂ ਹੋਇਆ, ਪਰ ਤੁਹਾਡੇ ਕੋਲੋਂ ਤਾਂ ਬਹੁਤ ਕੁਝ ਹੋ ਰਿਹਾ, ਇਹ ਦੱਸੋ ਜੀ ਕਿ ਤੁਸੀਂ ਹੁਣ ਤੱਕ ਕੀ ਕੀਤਾ। ਬਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਇਸ ਵੇਲੇ ਉਹ ਬੜੇ ਚਿੰਤਾਜਨਕ ਆ। ਪੰਜਾਬ ਦਾ ਜੇਲ੍ਹਾਂ ਵਾਲਾ ਮਹਿਕਮਾ ਪਹਿਲਾਂ ਹੁੰਦਾ ਸੀ ਹਰਜੋਤ ਬੈਂਸ ਹੋਰਾਂ ਦੇ ਕੋਲੇ ਤੇ ਹੁਣ ਹੈਗਾ ਜੀ ਭਗਵੰਤ ਮਾਨ ਕੋਲੇ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਨਾ ਅਸਲ ਦੇ ਵਿੱਚ ਸੀਐਮ ਸਾਹਿਬ ਦੇ ਪਿਆਰੇ ਗੈਸਟ ਆ ਇਹ ਜਿਹੜੇ ਗੈਂਗਸਟਰ, ਤੇ ਇਸ ਕਰਕੇ ਜਦੋਂ ਚਿੱਤ ਕਰਦਾ ਤੇ ਭਾਈ ਉਦੋਂ ਹੀ ਇਹ ਸਾਹਮਣੇ ਆ ਜਾਂਦੇ ਆ, ਉਦੋਂ ਹੀ ਸਾਰਾ ਕੁਝ ਹੋ ਜਾਂਦਾ। ਸੋ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਕਹੀਆਂ। ਉਹ ਤਾਂ ਇਹ ਵੀ ਗੱਲ ਕਹਿੰਦੇ ਕਿ ਭਗਵੰਤ ਮਾਨ ਜੇਲ੍ਹਾਂ ਦਾ ਕੰਮ ਆ ਜਿਹੜਾ ਉਹ ਸਹੀ ਨਹੀਂ ਕਰ ਸਕੇ ਤੇ ਆਪਦੇ ਆਪਦੇ ਤੋਂ ਅਸਤੀਫਾ ਦੇ ਦੇਣ। ਹਾਲਾਂਕਿ ਅਸਤੀਫਾ ਤਾਂ ਕਿਸੇ ਦੇ ਕਹੇ ਤੇ ਕਿਸੇ ਨੇ ਕਿਉਂ ਦੇਣਾ ਤੇ ਕਿਵੇਂ ਦੇਣਾ, ਨਾ ਕਦੇ ਕਿਸੇ ਨੇ ਦਿੱਤਾ। ਪਰ ਗੱਲ ਫਿਰ ਉੱਥੇ ਦੀ ਉੱਥੇ ਆ ਗਈ ਵੀ ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਦਾ ਰੱਬ ਰਾਖਾ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ, ਜੇਲ੍ਹਾਂ ਦੇ ਮੱਥੇ ਦੇ ਉੱਤੇ ਲਿਖਿਆ ਹੋਇਆ ਸੁਧਾਰ ਕਰ, ਪਰ ਸੁਧਾਰਨਾ ਦੀ ਚੀਜ਼ ਕਦੇ ਇਹਨਾਂ ਦੇ ਵਿੱਚ ਦਿਸੀ ਨਹੀਂ ਗਈ। ਜੀ ਸਰ, ਖਬਰ ਆ ਰਹੀ ਹੈ ਕਿ ਸਾਬਕਾ ਮੰਤਰੀ ਦੇ ਘਰ ਚੋਰੀ ਹੋ ਗਈ, ਪੂਰੇ ਪਰਿਵਾਰ ਨੂੰ ਨਸ਼ੀਲੀ ਚੀਜ਼ ਪਿਆ ਕੇ ਤੇ ਫਿਰ ਬੇਹੋਸ਼ ਕਰਕੇ ਚੋਰੀ ਕੀਤੀ ਗਈ ਹੈ ਜੀ, ਕਿੱਥੋਂ ਦੀ ਖਬਰ ਹੈ? ਇਹ ਜੀ ਪੰਜਾਬ ਦੇ ਸਾਬਕਾ ਮੰਤਰੀ ਹੈਗੇ ਜਗਦੀਸ਼ ਸਿੰਘ ਗਰਚਾ, ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਆ। ਉਹਨਾਂ ਦੇ ਘਰ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਿਆ ਕੇ ਸਾਰੇ ਟੱਬਰ ਨੂੰ ਸਮੇਤ ਜਗਦੀਸ਼ ਸਿੰਘ ਗਰਚਾ, ਉਹਨਾਂ ਦੀ ਪਤਨੀ, ਘਰ ਦੇ ਵਿੱਚ ਇੱਕ ਹੋਰ ਨੌਕਰਾਣੀ ਆ, ਘਰ ਦੇ ਦੋ ਤਿੰਨ ਮੈਂਬਰ ਹੋਰ ਆ, ਸਭ ਨੂੰ ਕੋਈ ਨਸ਼ੀਲੀ ਚੀਜ਼ ਪਿਆ ਕੇ ਤੇ ਚੋਰ ਆ ਜਿਹੜੇ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਆ। ਹੁਣ ਦੇਖੋ ਵੀ ਇੱਕ ਤਾਂ ਪੱਖ ਇਹਦਾ ਇਹ ਆ ਵੀ ਮੰਤਰੀ ਸਾਬਕਾ ਦੇ ਘਰ ਦੇ ਵਿੱਚ ਵੀ ਚੋਰੀ ਹੋ ਗਈ, ਤੇ ਦੂਜੀ ਗੱਲ ਇਹ ਆ ਵੀ ਚੋਰ ਜਿਹੜਾ ਵੀ ਹੈਗਾ ਉਹਦੇ ਹੌਸਲੇ ਕਿੰਨੇ ਬੁਲੰਦ ਆ, ਉਹਨੂੰ ਪਰਵਾਹ ਕੋਈ ਨਹੀਂ। ਤੇ ਤੀਜੀ ਗੱਲ ਇਹ ਆ ਵੀ ਭਾਈ ਕਿਸੇ ਤੋਂ ਵੀ ਕੋਈ ਚੀਜ਼ ਲੈ ਕੇ ਖਾਣ ਵੇਲੇ ਬੰਦੇ ਨੂੰ 100 ਵਾਰੀ ਸੋਚਣਾ ਚਾਹੀਦਾ, ਇਹਦਾ ਮਤਲਬ ਇਹ ਵੀ ਆ। ਹੁਣ ਪਤਾ ਲੱਗਾ ਜੀ ਕਿ ਪੁਲਿਸ ਸਾਹਿਬ ਦੀ ਪੜਤਾਲ ਕਰ ਰਹੀ ਆ, ਮੰਨਿਆ ਇਹ ਜਾ ਰਿਹਾ ਵੀ ਘਰ ਦੇ ਵਿੱਚ ਇੱਕ ਕੋਈ ਨੇਪਾਲੀ ਨੌਕਰ ਆ, ਸ਼ਾਇਦ ਉਹਨੇ ਇਹਦਾ ਕਾਰਾ ਕੀਤਾ ਹੋਵੇ ਕਿਉਂਕਿ ਉਹ ਉਸ ਤੋਂ ਬਾਅਦ ਲੱਭ ਨਹੀਂ ਰਿਹਾ ਵੀ ਕਿੱਧਰ ਗਿਆ, ਤੇ ਕਹਿੰਦੇ ਵੀ ਸਮਾਨ ਸਾਰਾ ਤੜਕੇ ਨੂੰ ਖਿਲ ਰਿਹਾ ਪਿਆ ਸੀਗਾ ਤੇ ਸਾਰਾ ਕੁਝ ਉਥਲ ਪੁਥਲ ਹੋਇਆ ਪਿਆ ਸੀਗਾ, ਤੇ ਪੁਲਿਸ ਹੁਣ ਉਹਦੀ ਭਾਲ ਕਰ ਰਹੀ ਆ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ, ਅੱਗੇ ਵੀ ਬੜੀਆਂ ਖਬਰਾਂ ਆਉਂਦੀਆਂ ਜੇਕਰ ਇਹ ਗੱਲ ਨੌਕਰ ਦੇ ਨਾਲ ਸੰਬੰਧਿਤ ਹੀ ਆ, ਤਾਂ ਪਹਿਲਾਂ ਵੀ ਬੜੀਆਂ ਖਬਰਾਂ ਆਉਂਦੀਆਂ ਹੁੰਦੀਆਂ ਵੀ ਭਾਈ ਫਲਾਣੀ ਥਾਂ ਤੇ ਨੌਕਰ ਨੇ ਆਹ ਕੀਤਾ, ਫਲਾਣੀ ਥਾਂ ਤੇ ਨੌਕਰ ਆ ਜਿਹੜਾ ਉਹ ਮਾਰ ਕੇ ਤੁਰ ਗਿਆ, ਫਲਾਣੀ ਥਾਂ ਤੇ ਉਹਦਾ ਬੰਨ ਕੇ ਪਰਿਵਾਰਕ ਮੈਂਬਰਾਂ ਨੂੰ ਲੁੱਟ ਕੇ ਤੁਰ ਗਿਆ। ਤੇ ਭਾਈ ਕੋਈ ਵੀ ਬੰਦਾ ਘਰ ਦੇ ਵਿੱਚ ਰੱਖਣਾ ਹੋਵੇ
ਕਿਸੇ ਨੇ ਖੇਤ 'ਚ ਰੱਖਣਾ ਹੋਵੇ, ਕਿਸੇ ਨੇ ਕੋਈ ਆਪ ਲੱਗਣਾ ਹੋਵੇ, ਤਾਂ ਭਾਈ ਉਹਦੇ ਬਾਰੇ ਪੂਰੀ ਪਛਾਣ ਪੱਤਰ, ਉਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ, ਤੇ ਅੱਜ ਦੇ ਸਮੇਂ ਦੀ ਲੋੜ ਇਹੀ ਹੈ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ। ਉਧਰ ਮੱਧ ਪ੍ਰਦੇਸ਼ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਹੋਰਾਂ ਨੇ ਕਹਿੰਦੇ ਕਾਫੀ ਵੱਡੇ ਐਲਾਨ ਕੀਤੇ ਨੇ ਜੀ, ਕੀ ਕਹਿਣਾ ਉਹਨਾਂ ਦਾ? ਹਾਂ ਬਿਲਕੁਲ ਜੀ, ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦੋਵੇਂ ਲੰਘੇ ਕੱਲ ਗਏ ਸੀਗੇ। ਮੱਧ ਪ੍ਰਦੇਸ਼ ਦੇ ਵਿੱਚ ਵੀ ਇਸ ਸਾਲ ਦੇ ਐਂਡ ਦੇ ਵਿੱਚ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ। ਆਮ ਆਦਮੀ ਪਾਰਟੀ ਚਾਹੁੰਦੀ ਜੀ ਕਿ ਪੰਜਾਬ ਤੇ ਦਿੱਲੀ ਦੇ ਵਾਂਗੂ ਸਾਡਾ ਕਿਤੇ ਤੀਜੇ ਸੂਬੇ ਦੇ ਵਿੱਚ ਵੀ ਨਾਂ ਥਾਂ ਬਣ ਜੇ, ਉਹ ਕੋਸ਼ਿਸ਼ਾਂ ਕਰ ਰਹੇ ਆ। ਹਾਲਾਂਕਿ ਕੰਮ ਮੁਸ਼ਕਲ ਆ, ਪਰ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ। ਇਹੀ ਕੁਛ ਆਮ ਆਦਮੀ ਪਾਰਟੀ ਨੇ ਹਿਮਾਚਲ 'ਚ ਕੀਤੀ ਸੀ, ਉੱਥੇ ਗੱਲ ਨਹੀਂ ਬਣੀ। ਇਹੀ ਕੁਛ ਇਹਨਾਂ ਨੇ ਗੁਜਰਾਤ 'ਚ ਕੀਤੀ ਸੀ, ਉੱਥੇ ਗੱਲ ਨਹੀਂ ਬਣੀ। ਇਹੀ ਕੁਛ ਹੁਣ ਰਾਜਸਥਾਨ 'ਚ ਕੀਤੀ ਜਾ ਰਹੀ ਹੈ, ਇਹੀ ਛੱਤੀਸਗੜ੍ਹ ਦੇ ਵਿੱਚ ਕੀਤੀ ਜਾ ਰਹੀ ਹੈ, ਇਹੀ ਮੱਧ ਪ੍ਰਦੇਸ਼ 'ਚ ਕੀਤੀ ਜਾ ਰਹੀ ਹੈ, ਤੇ ਇਹੀ ਹਰਿਆਣੇ ਦੇ ਵਿੱਚ। ਹਰਿਆਣੇ ਤੋਂ ਆਮ ਆਦਮੀ ਪਾਰਟੀ ਆਸਵੰਦ ਇਸ ਕਰਕੇ ਬਹੁਤ ਹੀ ਆ ਕਿਉਂਕਿ ਇਹ ਕੇਜਰੀਵਾਲ ਦੇ ਜਨਮ ਵਾਲਾ ਸੂਬਾ। ਕੇਜਰੀਵਾਲ ਦੀ ਪਾਰਟੀ ਨੂੰ ਇਸ ਗੱਲ ਦੀ ਆਸ ਆ ਵੀ ਇੱਥੇ ਸਾਡੀ ਗੱਲ ਬਣ ਜਾਣੀ ਆ। ਬਾਕੀ ਦੇਖਾਂਗੇ ਜੀ ਕਦੋਂ ਗੱਲ ਬਣਦੀ, ਕੀ ਗੱਲ ਬਣਦੀ ਆ। ਪਰ ਇਹ ਜੀ ਹੁਣ ਮੱਧ ਪ੍ਰਦੇਸ਼ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦੋਨੋਂ ਗਏ, ਦੋਵਾਂ ਦੇ ਵੱਲੋਂ ਜਾ ਕੇ ਉੱਥੇ ਰੈਲੀ ਨੂੰ ਸੰਬੋਧਨ ਕੀਤਾ ਗਿਆ। ਭਗਵੰਤ ਮਾਨ ਨੇ ਗੱਲ ਕਹੀ ਆ ਵੀ 18 ਸਾਲ ਹੋ ਗਏ ਇੱਥੇ ਬੀਜੇਪੀ ਦੀ ਸਰਕਾਰ ਨੂੰ, 18 ਵਰ੍ਹਿਆਂ ਦੇ ਵਿੱਚ ਉਹ ਕੁਛ ਨਹੀਂ ਬੀਜੇਪੀ ਕਰ ਸਕੀ ਜੋ ਕੁਝ ਅਸੀਂ ਪੰਜਾਬ ਦੇ ਵਿੱਚ 18 ਮਹੀਨਿਆਂ ਦੇ ਵਿੱਚ ਕਰ ਦਿਖਾਇਆ। ਉਹਨਾਂ ਨੇ ਕਿਹਾ ਜੀ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਲੋਕ ਪਹੁੰਚੇ ਆ, ਇਸ ਤੋਂ ਪੂਰੇ ਆਸ ਬੱਝ ਗਈ ਆ ਵੀ ਭਾਈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਨੂੰ ਲੋਕ ਕਾਹਲੇ ਆ। ਉਹਨਾਂ ਨੇ ਕਿਹਾ ਜੀ ਕਿ ਜੇਕਰ ਸਾਨੂੰ ਮੌਕਾ ਮਿਲ ਗਿਆ, ਆਮ ਆਦਮੀ ਪਾਰਟੀ ਨੂੰ ਮੌਕਾ ਮਿਲ ਗਿਆ ਪੰਜਾਬ ਦੇ ਵਾਂਗੂ ਇੱਥੇ ਵੀ ਸਰਕਾਰ ਬਣਾਉਣ ਦਾ, ਤੇ ਫਿਰ ਮੱਧ ਪ੍ਰਦੇਸ਼ ਦੇ ਵਿੱਚ ਵੀ ਦਿੱਲੀ ਤੇ ਪੰਜਾਬ ਦੀ ਤਰਜ਼ ਦੇ ਉੱਤੇ ਭ੍ਰਿਸ਼ਟਾਚਾਰ ਮੁਕਾ ਦੇਵਾਂਗੇ, ਸਿੱਖਿਆ ਤੇ ਸਿਹਤ ਦੇ ਖੇਤਰ 'ਚ ਯੋਗਦਾਨ ਪਾ ਦੇਵਾਂਗੇ, ਬੇਰੁਜ਼ਗਾਰੀ ਖਤਮ ਕਰ ਦੇਵਾਂਗੇ, ਜਵਾਨੀ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਵਾਂਗੇ, ਭ੍ਰਿਸ਼ਟਾਚਾਰ ਬਿਲਕੁਲ ਮੁੱਕ ਜਾਊਗਾ, ਪਾਣੀ ਦੀਆਂ ਬਿਜਲੀ ਦੀਆਂ ਸਹੂਲਤਾਂ ਦੇਵਾਂਗੇ, ਤੇ ਬਾਕੀ ਉਹ ਕਹਿੰਦੇ ਵੀ ਸਭ ਕੁਝ ਦੇਵਾਂਗੇ ਜੋ ਜੋ ਕੁਝ ਅਸੀਂ ਹੋਰ ਸੂਬਿਆਂ ਦੇ ਵਿੱਚ ਦਿੱਤਾ ਜੀ। ਜੀ ਤੇ ਜਨਾ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਪੁਰਾਣੀ ਸੰਸਦ ਦੀ। ਕਹਿੰਦੇ ਪੁਰਾਣੀ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਪਣਾ ਆਖਰੀ ਭਾਸ਼ਣ ਦਿੱਤਾ ਹੈ ਜੀ। ਬਿਲਕੁਲ ਜੀ ਬਿਲਕੁਲ, ਲੰਘੇ ਕੱਲ ਪੁਰਾਣੀ ਸੰਸਦ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਆਖਰੀ ਭਾਸ਼ਣ ਦਿੱਤਾ। ਅਸਲ ਦੇ ਵਿੱਚ ਸਾਡੇ ਪਰਿਵਾਰਕ ਮੈਂਬਰ ਜਾਣਦੇ ਹੀ ਹੋਣਗੇ ਵੀ ਜਿਹੜੇ ਇਹ ਸੈਸ਼ਨ ਆ ਇਹ 18 ਤੋਂ ਲੈ ਕੇ 22 ਤਰੀਕ ਤੱਕ ਬੁਲਾਇਆ ਗਿਆ, 22 ਸਤੰਬਰ ਤੱਕ। ਇਹਦਾ ਪਹਿਲਾ ਦਿਨ ਸੀ ਕੱਲ, ਤੇ ਕੱਲ ਪੁਰਾਣੀ ਸੰਸਦ ਦੇ ਵਿੱਚੋਂ ਸਾਰਾ ਕੁਝ ਸ਼ਿਫਟ ਹੁਣ ਨਵੀਂ ਸੰਸਦ ਦੇ ਵਿੱਚ ਹੋ ਗਿਆ। ਅੱਜ ਤੋਂ ਜਿਹੜੀ ਸੈਸ਼ਨ ਦੀ ਕਾਰਵਾਈ, ਸਦਨ ਦੀ ਕਾਰਵਾਈ ਹੈ ਲੋਕ ਸਭਾ ਰਾਜ ਸਭਾ ਦੀ, ਉਹ ਨਵੇਂ ਸੈਸ਼ਨ ਦੇ ਵਿੱਚ ਸ਼ੁਰੂ ਹੋਊਗੀ। ਪਹਿਲਾ ਦਿਨ ਹੋਊਗਾ ਅੱਜ, ਤੇ ਲੰਘੇ ਕੱਲ ਆਖਰੀ ਦਿਨ ਸੀਗਾ ਪੁਰਾਣੀ ਸਦਨ ਦੇ ਵਿੱਚ, ਪੁਰਾਣੀ ਇਮਾਰਤ ਦੇ ਵਿੱਚ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨੇ 50 ਮਿੰਟ ਭਾਸ਼ਣ ਦਿੱਤਾ। ਉਹਨਾਂ ਨੇ ਅਤੀਤ ਨੂੰ ਚੇਤੇ ਕੀਤਾ, ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੇਲੇ ਨੂੰ, ਹੋਰ ਵੱਖ ਵੱਖ ਨੇਤਾਵਾਂ ਨੂੰ ਚੇਤੇ ਕੀਤਾ। ਉਹਨਾਂ ਨੇ ਕਿਹਾ ਜੀ ਕਿ ਜਿਹੜੇ ਪੁਰਾਣੇ ਜਿਹੜੇ ਵੱਡੇ ਵੱਡੇ ਮਹੱਤਵਪੂਰਨ ਦੇਸ਼ ਦੇ ਫੈਸਲੇ ਉਹ ਇਸ ਸੰਸਦ ਦੇ ਵਿੱਚ, ਉਹ ਕਹਿੰਦੇ ਇਸ ਇਮਾਰਤ ਦੇ ਵਿੱਚ ਕਿਵੇਂ ਹੁੰਦੇ ਰਹੇ ਆ। ਉਹਨਾਂ ਨੇ ਕਿਹਾ ਧਾਰਾ 370 ਹਟਣ ਦੀ ਗਵਾਹ ਇਹ ਇਮਾਰਤ ਆ, ਇੱਕ ਰੈਂਕ ਇੱਕ ਪੈਨਸ਼ਨ ਦੀ ਇਮਾਰਤ ਇਹ ਗਵਾਹ ਹੈਗੀ ਆ, ਤੇ ਰਾਖਵੇਂਕਰਨ ਦੇ ਵਿੱਚ 10% ਦੇ ਯੋਗਦਾਨ ਦੀ ਇਹ ਇਮਾਰਤ ਗਵਾਹ ਹੈਗੀ ਆ। ਸੋ ਉਹਨਾਂ ਨੇ ਹੋਰ ਬੜੀਆਂ ਗੱਲਾਂ ਕਹੀਆਂ ਵੀ ਭਾਈ ਇਹ ਇਮਾਰਤ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਕੀਤੇ ਨਹਿਰੂ ਸਾਹਿਬ ਨੇ, ਅਸੀਂ ਕੀ ਕੀਤਾ, ਫਲਾਣਿਆਂ ਨੇ ਕੀਤਾ, ਉਹਨਾਂ ਨੇ ਕੀਤਾ, ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ। ਤੇ ਅੱਜ ਤੋਂ ਯਾਨੀ ਕਿ ਅੱਜ ਦੁਪਹਿਰ ਤੋਂ ਤੇ ਜਿਹੜੀ ਸਦਨ ਦੀ ਕਾਰਵਾਈ ਆ ਇਹ ਨਵੀਂ ਇਮਾਰਤ ਦੇ ਵਿੱਚ ਹੋਣੀ ਸ਼ੁਰੂ ਹੋ ਜਾਣੀ ਆ। ਸੋ ਇਸ ਤਰੀਕੇ ਦੇ ਵਿਚਾਰ ਆਏ ਆ। ਪਰ ਗੱਲ ਇਹ ਵੀ ਜਿਹੜੀ ਨਵੀਂ ਪਾਰਲੀਮੈਂਟ ਆ, ਨਵੀਂ ਇਮਾਰਤ, ਤੇ ਉਹਦੇ ਵਿੱਚ ਅੱਜ ਜਦੋਂ ਸ਼ਿਫਟ ਕਰ ਗਏ ਤਾਂ ਫਿਰ ਪੁਰਾਣੀ ਇਮਾਰਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕੀਤੀ ਜਾਵੇ, ਇਸ ਗੱਲ ਦੀ ਮੰਗ ਕੀਤੀ ਬੀਬੀ ਹਰਸਿਮਰਤ ਕੌਰ ਬਾਦਲ ਨੇ। ਉਹਨਾਂ ਨੇ ਕਿਹਾ ਜੀ ਕਿ ਜਿਹੜੀ ਪੁਰਾਣੀ ਇਮਾਰਤ ਆ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਮਨੁੱਖਤਾ ਦੇ ਲਈ, ਧਰਮ ਦੇ ਲਈ, ਇਨਸਾਨੀਅਤ ਦੇ ਲਈ ਬਹੁਤ ਵੱਡਾ ਯੋਗਦਾਨ ਆ, ਬਲੀਦਾਨ ਬਹੁਤ ਵੱਡਾ ਉਹਨਾਂ ਦਾ। ਸੋ ਪਤਾ ਨਹੀਂ ਜੀ ਉਹਨਾਂ ਦੀ ਮੰਗ ਕਬੂਲ ਕਰਨਗੇ ਜਾਂ ਨਹੀਂ ਕਰਨਗੇ, ਪਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਤਾਂ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕਰਨ ਦੀ ਗੱਲ ਕਹੀ ਆ, ਤੇ ਦੂਜਾ ਔਰਤਾਂ ਦੇ ਲਈ ਰਾਖਵੇਂ ਕਰਨ ਦੀ ਗੱਲ ਕਹੀ ਆ। ਔਰਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ, ਮਣੀਪੁਰ ਦੇ ਵਿੱਚ, ਰਾਜਸਥਾਨ 'ਚ ਜਿਹੋ ਜਿਹੇ ਕਾਂਡ ਹੋਏ ਆ ਉਹੋ ਜਿਹੇ ਨਾ ਹੋਣ, ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਜੀ। ਜੀ ਤੇ ਕਹਿਣਾ ਸਾਹਿਬ ਮੌਸਮ ਦੀ ਗੱਲ ਕਰਦੇ ਹਾਂ ਜੀ। ਕਹਿੰਦੇ ਪੰਜਾਬ ਦੇ ਵਿੱਚ ਮੀਂਹ ਦੇ ਨਾਲ ਮੌਸਮ ਜਿਹੜਾ ਕਾਫੀ ਜ਼ਿਆਦਾ ਬਦਲ ਗਿਆ। ਬਿਲਕੁਲ ਜੀ, ਅੱਜ ਜਦੋਂ ਅਸੀਂ ਮੰਗਲਵਾਰ ਨੂੰ ਸਵੇਰੇ ਲਗਭਗ 10:30 ਵਜੇ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਇਸ ਵੇਲੇ, ਤਾਂ ਪੂਰਾ ਜਲੰਧਰ ਦੇ ਵਿੱਚ ਮੌਸਮ ਕਿਣਮਣ ਵਾਲਾ, ਇਸ ਵੇਲੇ ਵੀ ਮਾਮੂਲੀ ਜੀ ਭੂਰ ਜੀ ਪੈ ਰਹੀ ਹੈ, ਤੇ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕਾਫੀ ਮੀਂਹ ਪੈ ਗਿਆ। ਮੀਂਹ ਪੈਣ ਦੇ ਕਰਕੇ ਲੋਕਾਂ ਨੂੰ ਤਪਸ਼ ਤੋਂ ਰਾਹਤ ਮਿਲੀ ਆ,
ਤੇ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਹੋਰ ਪੈਣ ਦੀ ਸੰਭਾਵਨਾ ਜਿਹੜੀ ਹੈਗੀ ਆ, ਇਹਦੇ ਕਰਕੇ ਮੌਸਮ ਦੇ ਵਿੱਚ ਹੋਰ ਵੱਡਾ ਬਦਲਾਅ ਆਊਗਾ। ਸੋ ਲੰਘੇ 24 ਘੰਟਿਆਂ ਤੋਂ ਪੰਜਾਬ ਦੇ ਵਿੱਚ ਮੌਸਮ ਕਾਫੀ ਤਬਦੀਲੀ ਵੱਲ ਵਧਿਆ ਜੀ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨੇ ਜੀ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ। ਮਿਹਰਬਾਨੀ ਜੀ, ਮਿਹਰਬਾਨੀ।